ਸਲਾਮ ਵਾਲੇਕੁਮ ਕਿਹਾਲ ਚਾਲਾ ਜੀ ਕਿਦਾਂ ਸਭ ਵਧੀਆ ਜੀ ਲਓ ਜੀ ਅੱਜ ਫੇਰ ਮੀਨਾ ਚੱਲੇਗਾ ਜੀ ਮੀਨੇ ਦੀ ਲਗਾਤਾਰ ਤੀਸਰੀ ਕਾਲ ਹੱਥ ਆਇਆ ਮੀਨਾ ਤੇ ਮੀਨਾ ਅੱਜਕੱਲ ਰਾਜ਼ੀ ਵੀ ਆ ਰਾਜ਼ੀ ਕੀਤਾ ਆ ਮੀਨ ਨੂੰ ਅੱਜ ਕੱਲ ਫੁੱਲ ਮਜ਼ੇ ਨਾਲ ਤੇ ਆ बस ਕੋਸ਼ਿਸ਼ ਹੈ ਇੱਕ ਇੱਕ ਤੁਹਾਡੀ ਜ਼ਿੰਦਗੀ ਚ ਹਾਸਾ ਖੇਡਾ ਰਹਿਣਾ ਚਾਹੀਦਾ ਟੈਨਸ਼ਨਾਂ ਜ਼ਰਾ ਘੱਟ ਹੋਣੀਆਂ ਚਾਹੀਦੀਆਂ ਨੇ ਬਹੁਤ ਬਹੁਤ ਸ਼ੁਕਰੀਆ ਤੁਹਾਡੀਆਂ ਮੁਹੱਬਤਾਂ ਦਾ ਤੁਸੀਂ ਬਹੁਤ ਮੁਹੱਬਤਾਂ ਦਿੰਦੇ ਹੋ ਜੁਨ ਦੁਨੀਆ ਚ ਜਿੱਥੇ ਵੀ ਤੁਸੀਂ ਰਹਿੰਦੇ ਹੋ ਉੱਥੋਂ ਵੀ ਮੈਨੂੰ ਮੁਹੱਬਤ ਬਾਰੇ ਕਮੈਂਟ ਆਉਂਦੇ ਆ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਚੈਨਲ ਸਬਸਕ੍ਰਾਈਬ ਕਰਦੇ ਹੋ ਉਹਦਾ ਬਹੁਤ ਬਹੁਤ ਸ਼ੁਕਰੀਆ ਤੇ ਜਿਨ੍ਹਾਂ ਦੋਸਤਾਂ ਨੇ ਹਾਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਜਿਹੜਾ ਬਟਨ ਹੈ ਉਹਨੂੰ ਜ਼ਰੂਰ ਦਬਾ ਦਿਓ ਤੇ ਆਹ ਜਿਹੜਾ ਥੱਲੇ ਤੁਹਾਨੂੰ ਮੇਰਾ ਫੇਸਬੁੱਕ ਪੇਜ ਨਜ਼ਰ ਆ ਰਿਹਾ ਇਹਨੂੰ ਲਾਈਕ ਕਰੋ ਇੱਥੇ ਤੁਸੀਂ ਆ ਵੀਡੀਓ ਦੇਖ ਸਕਦੇ ਆ ਮੇਰੇ ਮੇਰੇ ਨਾਲ ਗੱਲਬਾਤ ਕਰ ਸਕਦੇ ਆ ਇਹ ਕਲੇ ਦਾ ਗੱਲ ਹੈ ਕਿ ਥੋੜੀ ਜਿਹੀ ਵਕਤ ਦੀ ਕਿੱਲਤ ਹੁੰਦੀ ਹੈ ਟਾਈਮ ਘਟ ਹੁੰਦਾ ਹੈ ਤੇ ਘੱਟ ਜਵਾਬ ਦੇ ਹੁੰਦੇ ਨੇ ਲੇਕਿਨ ਫਿਰ ਵੀ ਕੋਸ਼ਿਸ਼ ਕਰਦਾ ਰਹਿਣਾ ਕਿ ਗੱਲਬਾਤ ਦੇ ਜਵਾਬ ਜਿਹੜਾ ਦਿੰਦਾ ਰਵਾਂ ਬਹੁਤ ਬਹੁਤ ਸ਼ੁਕਰੀਆ ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ ਆ ਤੁਹਾਡੇ ਬੇੜੇ ਹਮੇਸ਼ਾ ਖੁਸ਼ੀਆਂ ਨਾਲ ਭਰੇ ਰਹਿਣ ਲੋ ਜੀ ਕਾਲ ਮਲੌਣੇ ਜੀ ਮੀਨੇ ਨੂੰ ਹੈਲੋ ਹੈਲੋ ਮੀਨੇ ਰਾਣਾ ਇਜਾਜ਼ ਗੱਲ ਕਰ ਰਿਹਾ ਹਾਂ ਆ ਲਨੇ ਕੀ ਆ ਲੈ ਯਾਰ ਅੱਲਾ ਦਾ ਸ਼ੁਕਰ ਤੂ ਸਨਾ ਕਿਦਾਂ ਆ ਠੀਕ ਆ ਮੈਂ ਤੈਨੂੰ ਕਰਨਾ ਹੀ ਸੀ ਫੋਨ ਥੋੜੀ ਦੇਰ ਤੱਕ ਤੇ ਤੇਰਾ ਫੋਨ ਹੀ ਆ ਗਿਆ ਯਾਰ ਆਇਆ ਫਿਰ ਮੋਸਨ ਆਹੋ ਯਾਰ ਬੰਦਾ ਤੇਰਾ ਪਹੁੰਚ ਗਿਆ ਪਰ ਮਤਲਬ ਮੈਂ ਤੇ ਐਵੇਂ ਮਜ਼ਾਕ ਹੀ ਸਮਝਦਾ ਰਿਹਾ ਪਰ ਤੂੰ ਤਾਂ ਯਾਰ ਸੱਚੀ ਮੂਜੀ ਪੂਰੀ ਕਰ ਦਿੱਤੀ ਈ ਗੱਲ ਹਾਂ ਯਾਰੋ ਮੈਨੂੰ ਬਹੁਤ ਬਹੁਤ ਜ਼ਿਆਦਾ ਆ ਗਿਆ ਯਾਰ ਮੈਂ ਮਤਲਬ ਥੋੜੇ ਨਾ ਵੀ ਰਾਜ਼ੀ ਆ ਯਾਰ ਮੈਂ ਉਹ ਨਹੀਂ ਮਿੰਨੇ ਤੈਨੂੰ ਇਸ ਗੱਲ ਦਾ ਲੈ ਅੰਦਾਜ਼ਾ ਨਹੀਂ ਨਾ ਹੈਗਾ ਕਿ ਆ ਤੂੰ ਹਿੱਟਾਂ ਯਾਰ ਮਤਲਬ ਉਹ ਤੇ ਕ علیحد੍ਹਾ ਗੱਲ ਆ ਲੇਕਿਨ ਮਤਲਬ ਮੈਂ ਕੋਈ ਕੰਮ ਵੀ ਨਹੀਂ ਕੀਤਾ ਯਾਰ ਬਸ ਇਹਨਾਂ ਗੱਲਾਂ ਬਾਤਾਂ ਹੀ ਇਤਨੀਆਂ ਤੇ ਯਾਰ ਤੂੰ ਆ ਕੇ ਇਹਸਾਨ ਕਰ ਦਿੱਤਾ ਯਾਰ ਬੁਲਾਦੇ ਯਾਰ ਨਹੀਂ ਨਹੀਂ ਮੈਂ ਨਹੀਂ ਬਸ ਯਾਰ ਇਹ ਦੁਨੀਆਦਾਰੀ ਹੈ ਇਹ ਫਰਾ ਬੰਦੀਆਂ ਆਪਣੀ ਜਗ੍ਹਾ ਤੇ ਤੇ ਅੱਛਾ ਮੈਂ ਪਤਾ ਹਾਲੇ ਤੱਕ ਮੈਨੂੰ ਐ ਹੀ ਲੱਗਦਾ ਸੀ ਵੀ ਅਮੀ ਰਾਣਾ ਜਣਾ ਨਾ ਵੀ ਗੱਲਾ ਕੋਲਾ ਹੀ ਮਾਰਦਾ ਹੈ ਦਿਮਾਗੇ ਖਰਾਬ ਕਰਦਾ ਹੈ ਔਰ ਮਤਲਬ ਕੋਈ ਨਹੀਂ ਲੇਕਿਨ ਯਾਰ ਤੂੰ ਤਾਂ ਪਰ ਇੱਕ ਕੰਮ ਹੋ ਗਿਆ ਹੁਣ ਹਾਂ ਤੇਰਾ ਭਰਾ ਆਇਆ ਕਰਕੇ ਹੁਣ ਸੌਖਾ ਜਿਹਾ ਹੋ ਗਿਆ ਹੁਣ 2 ਮਹੀਨੇ ਨਾ ਵੀ ਕੰਮ ਲੱਭੇ ਕੋਈ ਟੈਨਸ਼ਨ ਨਹੀਂ ਆਪਣ ਨੂੰ ਜਿਹੜਾ ਕੋ ਪ੍ਰਾਣਾ ਹੋਊਗਾ ਨਾ ਆਪਾਂ ਮੱਛੀ ਨਾਲ ਰੋਟੀ ਖਵਾਣੀ ਹੁੰਦਾ ਆਹ ਸਹੀ ਗੇ ਥਲ ਮਿਹਰਬਾਨੀ ਆ ਤੇਰੀ ਬਹੁਤ ਨਹੀਂ ਨਹੀਂ ਮਿੰਨੇ ਯਾਰ ਇੱਕ ਤੇ ਕਿਤੇ ਕਰਾ ਨਹੀਂ ਨਹੀਂ ਮੈਂ ਉਤ ਪਾਗਲਖਾਨੇ ਨਹੀਂ ਉਹ ਯਾਰ ਹੂੰ ਤੱਕ ਮਤਲਬ ਗੱਲ ਮੁੱਕ ਗਈ ਯਾਰ ਉਹਨੇ ਸ਼ੋਕਲ ਛੱਡਿਆ ਯਾਰ ਸਿੱਧੀ ਦਾ ਨਸਕਾਰ ਮੈਨੇ ਉਹ ਮੈਂ ਇੱਕ ਬਾਰ ਫੋਨ ਕੀਤਾ ਸਿਮੋਸਨ ਨੂੰ ਮੈਂ ਕਹਿਆ ਸੀ ਆ ਨੰਬਰ ਹੈ ਮੀਨੇ ਦਾ ਉਹਨੂੰ ਜਾ ਕੇ ਮਿਲਣਾ ਤੇ ਮੈਂ ਤਾਂ ਉੱਥੇ ਹੀ ਆਲੇ ਪਾਗਲਖਾਨੇ ਹੀ ਯਾਰ ਮਾਮਲਾ ਬਸ ਸੱਚੀ ਮੁੱਜੀ ਤਾਂ ਪਾਗਲਖਾਨੇ ਆ ਯਾਰ ਹਾਂ ਸੱਚੀ ਯਾਰ ਉਹ ਬਸ ਕੀ ਕਰੀਏ ਯਾਰੇ ਲੋਕ ਜਿਹੜੇ ਨੇ ਨਾ ਇਹ ਤੈਨੂੰ ਪਤਾ ਜਿਹੜੀਆਂ ਜਾਇਦਾਦਾਂ ਹੁੰਦੀਆਂ ਨੇ ਨਾ ਇਹਨਾਂ ਦੇ ਯਾਰ ਬੜੇ ਰੌਲੇ ਹੁੰਦੇ ਆ ਯਾਰ ਇਹ ਯਾਰ ਤੂੰ ਤੇ ਮਤਲਬ ਠੀਕ ਠਾਕ ਆ ਮਨ ਦਿਮਾਗ ਕੋਈ ਦਾ ਤੇਰਾ ਖਰਾਬ ਨਹੀਂ ਮੈਂ ਤਾਂ ਸ਼ੁਗਲ ਹੀ ਸਮਝਦਾ ਰਿਆਂ ਪਿਛੇ ਦੋ ਤਿੰਨ ਵਾਰੀ ਜਿਹੜਾ ਤੂੰ ਫੋਨ ਕੀਤਾ ਮੈਂ ਤਾਂ ਕਹੇ ਮੈਂ ਮਜ਼ਾਕ ਕਰਦਾ ਯਾਰ ਨਹੀਂ ਮੈਨੇ ਮੈਨੂੰ ਲੱਗਦਾ ਮੈਨੂੰ ਨਾ ਕਿਸੇ ਕਿਸੇ ਟਾਈਮ ਅਸਲ ਚ ਦੌਰਾ ਪੈਂਦਾ ਹਰ ਟਾਈਮ ਨਹੀਂ ਆਹ ਹਮੇ ਤੈਨੂੰ ਸਹੀ ਗੱਲਾਂ ਕਰਨ ਦੇ ਆ ਹਾਂ ਬਿਲਕੁਲ ਸਹੀ ਹਾਂ ਤੇ ਉਹ ਬਸ ਉਹ ਕਿਸੇ ਕਿਸੇ ਟਾਈਮ ਨਾ ਉਹ ਹੁਣ ਮੈਨੂੰ ਵੀ ਇੱਥੇ ਡਾਕਟਰ ਨਾਲ ਮੁਲਾਕਾਤ ਹੋਈ ਨਾ ਮੇਰੀ ਆ ਤੇ ਉਹਨੂੰ ਕਹੇ ਦੇਖੋ ਯਾਰ ਮੈਂ ਸਹੀ ਬੋਲ ਰਿਹਾ ਮੈਨੂੰ ਛੱਡੋ ਯਾਰ ਹਾਂ ਲੇਕਿਨ ਉਹ ਫਿਰ ਕਈ ਵਾਰੀ ਨਾ ਇਦਾਂ ਹੁੰਦਾ ਹੈ ਕੋਈ ਪਤਾ ਨਹੀਂ ਲੱਗ ਰਿਹਾ ਦੇਖੋ ਟਾਈਮ ਟੂ ਨੀ ਦਿੰਦੇ ਵੀ ਭਾਈ ਤੂੰ ਇਨੀ ਦੇਰ ਤੱਕ ਇੱਥੇ ਆ ਯਾਰ ਚਲ ਜਾ ਐਵੇਂ ਮੈਂ ਮਜ਼ਾ ਆਪਣਾ ਤੈਨੂੰ ਧੋਖੇ ਨਹੀਂ ਪਤਾ ਨਹੀਂ ਫੜਿਆ ਯਾਰ ਉਹਨੇ ਡੱਕਿਆ ਹੁਣ ਉਹਨੂੰ ਦਵਾਈ ਦਿੱਤੀ ਮੈਨੂੰ 5-6 ਦਿਨ ਦਵਾਈ ਮੈਂ ਖਾਧੀ ਆ ਕਾ ਕਾ ਠੀਕ ਹੈ ਤੇ ਉਹ ਸੈੱਟ ਹੋ ਗਿਆ ਅੱਲਾ ਖੈਰ ਅੱਲਾ ਖੈਰ ਹੁਣ ਉਹ ਆ ਕੇ ਬੱਸ ਇਹ ਆ ਕਿ ਕੱਲ ਨੂੰ ਇੱਕ ਚਾਂਸ ਮਿਲ ਰਿਹਾ ਇਤੋ ਆ ਬਰਾ ਜਾਣਦਾ ਹਾਂ ਜਾਣਦਾ ਆ ਤੇ ਬਸ ਠੀਕ ਆ ਓਕੇ ਆ ਤੈਨੂੰ ਗਾਲੀ ਕਸਰ ਹੀ ਕੋਈ ਨਹੀਂ ਯਾਰ ਤੇ ਮੈਂ ਜਾਣਾ ਚਾਹੀਦਾ ਹੂੰ ਤੇ ਉਹ ਕੀ ਮਤਲਬ ਉਹ ਚਾਂਸ ਆ ਕਿ ਕੋਈ ਦਵਾਈ-ਸ਼ਵਾਈ ਖਾ ਕੇ ਰਿਪੋਰਟ ਕਰਾਣੀ ਨਹੀਂ ਮੈਨੂੰ ਉਹ ਇਹ ਆ ਕਿ ਸਾਡੇ ਇੱਥੇ ਹੋ ਰਿਹਾ ਮੈਚ ਕੀ ਹੋਇਆ ক্রিকেট ਮੈਚ ਹੋ ਰਿਹਾ ਪਾਗਲਾਂ ਦਾ ਨਹੀਂ ਮਤਲਬ ਉਥੇ ਪਾਗਲਾਂ ਦਾ ক্রিকেট ਮੈਚ ਹੋਣਾ ਹੈ ਹਾਂ ਪਾਗਲਾਂ ਦਾ ਸਾਰੇ ਪਾਗਲ ਹਾਂ ਦਿਲ ਤੋਂ ਲਾਉਣ ਲਈ ਠੀਕ ਆ ਖੇਡਣਾ ਕੋਈ ਨਹੀਂ ਚਾਹੀਦਾ ਉਹ ਚਾਂਸ ਆ ਲੈ ਕਿਹੜੀ ਗੱਲ ਇਹਦੇ ਚ ਚਾਂਸ ਯਾਰ ਮੈਨੂੰ ਇਸ ਤਰ੍ਹਾਂ ਕਿ ਮੈਨੂੰ ਉਹਨਾਂ ਨੇ ਕਿਹਾ ਯਾਰ ਤੂੰ ਘਟ ਪਾਗਲ ਹਾਂ ਹਾਂ ਸਹੀ ਹੈ ਤੇ ਤੈਨੂੰ ਅਸੀਂ ਬਣਾਤਾ ਕਪਤਾਨ ਮਤਲਬ ਟੀਮ ਦਾ ਕਪਤਾਨ ਹਾਂਜੀ ਆਹੋ ਤੂੰ ਸਹੀ ਹੈ ਯਾਰ ਤੈਨੂੰ ਕਪਤਾਨੀ ਮਿਲਣਾ ਚਾਹੀਦਾ ਠੀਕ ਆ ਆਪਣੀ ਖੇਡ ਖੋੜ ਕੋਈ ਗੱਲ ਨਹੀਂ ਕੱਲ ਦਾ ਦਿਨ ਵੀ ਆ ਜਾਓ ਆ ਜਿਹੜੀ ਮੇਰੀ ਟੀਮ ਆ ਨਾ ਹਾਂ ਉਹਦੇ 11 ਖਿਡਾਰੀ ਜਿਹੜੇ ਨੇ ਨਾ ਇਹ ক্রিকেট ਵਾਲੀ ਹੈ ਵੀ ক্রিকেট ਖੇលਦੇ ਖੁੱਲਦੇ ਰਹੇ ਆ ਉਹ ਜਿਹੜੇ ਪਾਗਲੇ ਪਾਗਲ ਜਿਹੜੇ ਨੇ ਆਓ ਤੇ ਯਾਰ ক্রিকেট ਤਾਂ ਗਲੀ ਗਲੀ ਚ ਬੱਚਾ ਬੱਚਾ ਨਿਆਣਾ ਨਾ ਨਾ ਖੇਡਦਾ ਹੈ ਜਿਹੜੀ ਸਾਡੀ ਮੁਖਾਲਫ ਟੀਮ ਆ ਨਾ ਉਹ ਬਹੁਤ ਖਤਰਨਾਕ ਨੇ ਸ਼ਰਮ ਬਾਦ ਦੀ ਹੋਏਗੀ ਨਹੀਂ ਨਹੀਂ ਪਾਗਲਖਾਨੇ ਦੇ ਅੰਦਰ ਦੀ ਹੈ ਖਤਰਨਾਕ ਦਾ ਕੀ ਮਤਲਬ ਖਤਰਨਾਕ ਇਹ ਹੈ ਕਿ ਉਹਨਾਂ ਨੇ ਗਿਣ ਗਿਣ ਕੇ ਨਾ 7 7 7 7 ਫੁੱਟ ਦੇ ਬੰਦੇ ਪਾਗਲ ਲਏ ਨੇ पागल ਹੋਏ ਮਤਲਬ ਇਹ ਡੇਡੇ ਕਰਦੇ ਯਾਰ ਹਾਂ ਉਹਨਾਂ ਨੇ ਆ ਕਿ ਕੱਲ ਸਾਨੂੰ ਡਰਾਉਣ ਵਾਸਤੇ ਸਾਰੇ ਨੇ ਟਿੰਡਾ ਕਰਾ ਕੇ ਤੇ ਬੈਠਕਾਂ ਬੂਟਕਾਂ ਲਾਉਣ ਦੇ ਸੀ ਮੈਚ ਦੀ ਤਿਆਰੀ ਮੈਚ ਦੀ ਤਿਆਰੀ ਹੋ ਰਹੀ ਹੈ ক্রিকেট ਮੈਚ ਵਾਸਤੇ ਨਹੀਂ ਉਹ ਗੱਲ ਕਿਦਰ ਗਈ ਜਿਹੜੀ ਤੂੰ ਕਹਿੰਦਾ ਇੱਕ ਚਾਂਸ ਮਿਲਿਆ ਯਾਰ ਉਹ ਉਹ ਚਾਂਸ ਇਹ ਆ ਕਿ ਉਹਨਾਂ ਨੇ ਗੱਲ ਕਹੀ ਕਿ ਭਈ ਜੇ ਤੁਹਾਡੀ ਜਿਹੜੀ ਟੀਮ ਜਿੱਤ ਜੂਗੀ ਹਾਂ ਉਹਦੇ ਪਾਗਲਾਂ ਨੂੰ ਛੱਡ ਦਿਆਂਗੇ ਅਸੀਂ ਆ ਨਾਮ ਵਰਲਡ ਕੱਪ ਬਤਲ ਬੋਣਾ ਨਹੀਂ ਦਮਾਗੀ ਹਾਲਤ ਨਹੀਂ ਦੇਖਣੀ ਵੀ ਬੰਦੇ ਦੀ ਠੀਕ ਆ ਰਾਣੇ ਦੀ ਤੇ ਇਹਨੂੰ ਪਛੜਦੀ ਨਹੀਂ ਉਹ ਖਿਡਾਰੀ ਇਸੇ ਤਰ੍ਹਾਂ ਹੀ ਪਾਏ ਨਾ ਜਿਹੜੀ ਮੇਰੀ ਟੀਮ ਚ ਨੇ ਨਾ ਉਹਨਾਂ ਨੂੰ ਘੱਟ ਦੌਰੇ ਪੈਂਦੇ ਨੇ ਦਿਹਾੜੀ ਚ ਇੱਕ ਦੀ ਵਾਰ ਹੀ ਪੈਂਦਾ ਬਸ ਉਹ ਵੀ ਤੇਰੇ ਤਰ੍ਹਾਂ ਵਿਚਾਰੇ ਅੱਧੇ ਮਜਦੇ ਪਾ ਕਰ ਹਾਂ ਬਸ ਤੇ ਤੇ ਉਹ ਹੁਣਿਆ ਕਿ ਤੂੰ ਜਿੱਤ ਜੇ ਤੇ ਮੈਂ ਫੁੱਲ ਲੈ ਕੇ ਆਵਾਂਗਾ ਦੇਖੀ ਅੱਲਾ ਖੈਰ ਕਰੇ ਮੇਰਾ ਵੀਰ ਜਿੱਤੇਗਾ ਤੂੰ ਕੱਲ ਆਪਾਂ ਬਾਹਰ ਹੀ ਮਿਲਾਂਗੇ ਕੋਈ ਗੱਲ ਨਹੀਂ ਤੂੰ ਹੀ ਜਿਤਣਾ ਯਾਰ ਅਸੀਂ ਕਿੱਥੇ ਜਿੱਤਣਾ ਹਾਂ ਮੈਂ ਦਾਵਾ ਕਰਾਂਗਾ ਮੇਰੀਆਂ ਦਾਵਾ ਤੇਰੇ ਨਾਲ ਆ ਯਾਰ ਕੋਈ ਗੱਲ ਹੀ ਨਹੀਂ 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 ਮੈਨੇ ਸਾਡੀ ਰਿਹਾਈ ਤੇਰੇ ਹੱਥ ਹੈ ਰੱਬ ਸੋਣਾ ਵਾ ਯਾਰ ਆਜ਼ਾਦੀ ਦੇ ਦਿਲਾਉਣ ਵਾਲਾ ਯਾਰ ਹਾਂ ਲੇਕਿਨ ਹੀਲਾ ਤੂੰ ਕਰਨਾ ਨਾ ਮੈਨੇ ਵਸੀਲਾ ਅੱਲਾ ਬਣੇਗਾ ਗੱਡੀ ਵੀ ਜੀ ਵੀ ਤੇ ਆਉਣਾ ਮੈਂ ਤਾੜੀਆਂ ਮਾਰਾਂਗਾ ਮੈਂ ਲੇ ਵਾਲਾ ਇਕੱਠਾ ਕਰਕੇ ਨਹੀਂ ਨਹੀਂ ਮੈਨੇ ਨਹੀਂ ਹਾਂ ਮੈਂ ਨਾ ਇੱਥੇ ਇੱਕ ਅੰਦਰਖੱਤ ਇੱਕ ਸਾਜ਼ਿਸ਼ ਕੀਤੀ ਹੈ ਕੀ ਮੈਂ ਕਹਾਂ ਜੀ ਅੰਪਾਇਰ ਸਾਡਾ ਹੋਏਗਾ ਹਾਂ ਤੇ ਠੀਕ ਆ ਨੋ ਤੂੰ 2-4 ਰੁਪਇਆ ਦੇ ਉਹਨੂੰ ਕਹ ਯਾਰ ਤੂੰ ਬਰਾਂ ਸਾਨੂੰ ਦਿਤਾਉਣਾ ਤੇ ਮੈਂ ਦਸੀ ਕੋਈ ਬੰਦਾ ਬਾਹਰੋਂ ਚਾਹੀਦਾ ਮੈਂ ਭੇਜ ਦੇਣਾ ਉਹ ਵੀ ਯਾਰ ਨਹੀਂ ਨਹੀਂ ਤੂੰ ਅੰਪਾਇਰਿੰਗ ਕਰਨੀ ਮੈਨੇ ਹੈ ਅੰਪਾਇਰਿੰਗ ਤੂੰ ਕਰਨੀ ਹੈ ਮੈਂ ਕਰਨੀ ਅੰਪਾਇਰਿੰਗ ਹਾਂ ਮੈਨੇ ਅੰਪਾਇਰ ਬੰਨਾ ਹਾਂ ਅੰਪਾਇਰ ਤੂੰ ਬੰਨਾ ਛੱਡੀ ਯਾਰ ਕੀ ਮੈਨੂੰ ਪਤਾ ਹੈ ਨਾ ক্রিকেট ਦਾ ਤੈਨੂੰ ਥੋੜਾ ਬਹੁਤ ਲੈ ক্রিকেট ਮੈਂ ਜਿਹੜਾ ਮੇਰੇ ਜਨਮ ਸ਼ਕੀਨ ਹੀ ਕੋਈ ਨਹੀਂ ਮਹਲੇ ਦੇ ਭਰਾਵਾ ਅੱਜ ਮੈਚ ਨੂੰ ਵੀ ਦੇਖਦਾ ਰਹੇ ਹਾਂ ਨਾ ਮੈਚ ਮੈਚ ਜਦੋਂ ਮੇਰਾ ਉਹਦਾ ਦਿਲ ਖੱਟਾ ਆਇਆ ਯਾਰ ਉਹ ਵੀ ਫੈਸਲੇ ਹੁੰਦੇ ਐਸੇ ਜਿਹੜੇ ਗਲਤ ਹੁੰਦੇ ਆ ਤੇ ਐਵੇਂ ਬਿਲਾ ਵਜਾ ਉਹਨੂੰ ਆਊਟ ਦੇ ਦਿੰਦੇ ਆ ਹੁੰਦਾ ਹੀ ਨਹੀਂ ਆਊਟ ਯਾਰ ਤੇ ਮਤਲਬ ਮੈਂ ਬਹੁਤ ਸ਼ੱਕੀ ਹਾਂ ਮੈਂ ਬਹੁਤ ਖੇਲੀ ਕ੍ਰਿਕਟ ਯਾਰ ਅੱਛਾ ਜੀ ਆ ਪੀਵੀ 2 ਵੀ ਭੰਨਿਆ ਕਦੀ ਪਾਕਿਸਤਾਨਾ ਰਿਆ ਹੋਵੇ ਤੇ ਮੈਂ ਟੀਵੀ 2 ਵੀ ਮੈਂ ਭੰਦੇ ਨਾ ਸੀ ਬੜਾ ਹਲੇ ਤੱਕ ਇਹ ਜਦੋਂ ਮੈਚ ਲੱਗਦਾ ਨਾ ਹੂੰ ਮਨਾਲਿਆਂ ਲਈ ਜਾ ਕੇ ਬੈਠੇ ਜੀ ਦੇਖਦਾ ਜਿੱਦਣ ਮੈਂ ਟੀਵੀ ਲੈਣ ਦਾ ਨਾ ਇੱਕ ਦੇ ਮੈਚ ਹੈ ਮੈਨੂੰ ਲੱਗਦਾ ਉਹ ਵੀ ਮੇਰੇ ਕੋਲੋਂ ਵੀ ਹੋ ਜਾਣਾ ਹੈ اچھا ਇਹਦਾ ਮਤਲਬ ਹੈ ਤੈਨੂੰ ਪਤਾ ਹੈ ਅੰਪਾਇਰ ਪਹਿਲਾਂ ਆਊਟ ਕਿਦਾਂ ਦਈਦਾ ਆਊਟ ਕੇ ਹੱਥ ਖੜਾ ਕਰੀਦਾ ਐ ਕਰਕੇ ਉਂਗਲ ਤਾਈਦੀ ਵੀ ਆਊਟ ਆ ਚਲ ਬਾਹਰ ਹਾਂ ਬਸ ਮੀਨੇ ਤੋਂ ਅੰਪਾਇਰ ਪੱਕਾ ਹੋ ਗਏ ਸਿਰ ਮਜ਼ਾਕ ਨਾ ਕਰ ਨਹੀ 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 ਯਾਰ ਦੇਖ ਲੈ ਫੇ ਆਪਣੀ ਭਰਾ ਬੰਦੀ ਯਾਰ ਦੇਖ ਲੈਸ ਤੈਨੂੰ ਰਾਜ਼ੀ ਕੀਤਾ ਯਾਰ ਓ ਯਾਰ ਉਹਨੇ ਪਾਗਲਖਾਨਿਆਂ ਨਾਲ ਨੂੰ ਮਤਲਬ ਉਹਨਾਂ ਨੇ ਆਪਣਾ ਬੰਦਾ ਰੋਣਾ ਤੋਂ ਮੈਨੂੰ ਨਹੀਂ 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 ਯਾਰ ਮੈਂ ਇੱਥੇ 40 ਰੁਪਏ ਦਿੱਤੇ ਮੈਨੇਜਮੈਂਟ ਦੇ ਬੰਦੇ ਨੂੰ 40 ਰੁਪਏ ਦਿੱਤੇ ਹਾਂ ਪਾਗਲ ਆ ਉਹ ਵੀ ਉਹਨੂੰ ਮੈਂ ਕਿਹਾ ਰਿਸ਼ਵਤ ਲੈ ਤੇ ਅੰਪਾਇਰ ਸਾਡਾ ਉਹਨੇ 40 ਰੁਪਏ ਲੈ ਕਹਿੰਦੇ ਫਿਰ 40 ਰੁਪਏ ਇਕੱਲੇ ਨਹੀਂ ਨਾਲ ਇੱਕ ਚਾਹ ਪਿਆ ਤੇ ਨਾਲ ਇੱਕ ਗੱਡਰ ਕੇਕ ਵੀ ਖਾਣਾ ਵਾ ਓ ਯਾਰ ਉਹਨੂੰ ਫਿਰ ਮੈਂ ਚਾਹ ਵੀ ਪਿਆਈ ਪਾਗਲਾਂ ਦੀ ਟੀਮ ਆ ਭਈ ਮੈਨੂੰ ਕੀ ਉਥੇ ਵਾਕੂ ਫਰਮੈ ਯਾਰ ਅੰਪਾਇਰੀ ਕਰਾਇਆ ਉਹ ਨਹੀਂ ਨਹੀਂ ਕੁਛ ਵੀ ਨਹੀਂ ਹੁੰਦਾ ਬਸ ਇਹ ਤੂੰ ਦੇਖ ਰਹਾ ਕਿ ਮੈਚ ਸ਼ੁਰੂ ਹੋਣਾ ਹੈ ਹਾਂ ਜਿੱਲੇ ਟਾਸ ਹੁੰਦਾ ਹੈ ਹਾਂ ਇਹ ਉਹ ਠੀਪੇ ਤੇ ਟਾਸ ਨਹੀਂ ਕਰਦੇ ਕੋਇਨ ਤੇ ਹਾਂ ਵੈਸੇ ਜਸੂ ਪੰਜੂ ਕਰਦੇ ਹੋਣੇ ਯਾਰ ਨਹੀਂ 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 11 ਖਿਡਾਰੀ 11.5 ਉਹਨਾਂ ਦੇ ਹਾਂ ਠੀਕ ਹੈ ਭਾਈ ਭਾਈ ਸਾਡੀ ਟੀਮ ਨੇ ਤੇਰੀਆਂ ਲੱਤਾਂ ਫੜਨੀਆਂ ਅੰਪਾਇਰ ਦੀਆਂ ਅੰਪਾਇਰ ਦੀਆਂ ਆਸਤੇ ਯਾਰ ਕਰੀਦਾ ਨਾ ਕੋਈ ਸਿੱਕੇ ਸੁਕੇ ਦੇ ਨਾਲ ਮੇਰੀ ਮੇਰੀਆਂ ਕਈ ਜਾਨਾਂ ਲਾ ਮਾਫੀ ਦੇਵੇ ਨਹੀਂ ਨਹੀਂ ਅੰਪਾਇਰ ਦੀਆਂ ਲੱਤਾਂ ਜਿਹੜਾ ਵੀ ਹੋਇਆ ਅੰਪਾਇਰ ਉਹਦੀਆਂ ਲੱਤਾਂ ਕਿਉਂ ਫੜਨੀ ਆ ਸਾਡੀ ਟੀਮ ਨੇ ਲੱਤਾਂ ਫੜਨੀਆਂ ਤੇਰੀਆਂ ਮੁਖਾਲਫ ਜਿਹੜੀ ਗੰਜਿਆਂ ਦੀ ਟੀਮ ਹੈ 7-7 ਫੁੱਟੇ ਉਹਨਾਂ ਨੇ ਤੇਰੀਆਂ ਬਾਹਾਂ ਫੜਨੀਆਂ ਤੇ ਚੁੱਕ ਕੇ ਉੱਤੇ ਮਾਰਨਾ ਇਹਨਾਂ ਦੀ ਪ੍ਰੈਕਟਿਸ ਆ 45 50 ਫੁੱਟ ਉੱਤੇ ਬੰਦਾ ਲੈ ਜਾਂਦੇ ਆ ਕਾਦੇ ਡੇਡੇ ਨੇ ਨਾਲੇ ਇੰਨੇ ਬੰਦਿਆਂ ਨੇ ਚੁੱਕ ਕੇ ਤੈਨੂੰ ਤਾਂ ਨੂੰ ਸੁੱਟਣਾ ਜੇ ਤਾ ਤੂੰ ਟਾਸ ਕਰਨਾ ਨਾ ਮੈਨੇ ਟਾਸ ਕਰਨਾ ਜੇ ਤਾ ਟੁੱਟ ਗਿਆ ਸਿਰ ਪੰਨੇ ਹਾਂ ਤੇ ਅਸੀਂ ਟਾਸ ਜਿੱਤ ਗਏ ਜੇ ਤਾ ਟੁੱਟ ਗਿਆ ਗਿੱਟੇ ਪੰਨੇ ਫੇਰ ਅਗਲੇ ਜਿੱਤ ਗਏ ਯਾਰ ਸਿਰ ਪੰਨੇ ਡਿੱਗੀ ਯਾਰ ਮੀਨੇ ਆਵਾ ਮੇਰੀ ਗੱਲ ਸੁਣ ਮਤਲਬ ਮੈਂ ਅੱਜ ਸਾਰੇ ਪਿਛਲੇ ਚਿਕਵੇਂ ਗੇਲੇ ਭਲਾਤੇ ਸੀ ਕਿ ਮੇਰਾ ਪੀਰ ਜਿਹੜਾ ਹੈ ਮੇਰਾ ਭਰਾ ਹੈ ਇਹਨਾਂ ਯਾਰ ਅੱਗੇ ਤੋਂ ਲੜਨਾ ਨਹੀਂ ਹੈਗਾ ਦੇ ਜੇ ਤੂੰ ਕਹਿਣਾ ਤੇ ਭਾਈ ਮਾ ਤੇਰੇ ਸਾਰੇ ਤੋਹਫੇ ਤਵਾਇਫ ਵਿੱਚ ਸਾਰਾ ਕੁਝ ਵਾਪਸ ਭੇਜ ਦੇਣਾ ਯਾਰ ਬਸਮੀ ਨੇ ਇਹ ਆ ਕੇ ਦੇਖ ਲਈ ਜਿਹੜੀ ਸਾਡੀ ਟੀਮ ਆ ਨਾ ਇਹਦੇ ਚ ਆਪਾਂ ਜਿਹੜੀ ਨਾ ਬੋਲਿੰਗ ਪਹਿਲੇ ਲੈਣੀ ਆ ਓ ਯਾਰ ਆਪਾਂ ਕੀ ਜਾਂਦੇ ਯਾਰ ਅਰੇ ਮੈਨੂੰ ਨਾ ਗੁੱਸਾ ਚੜਾਈ ਜਾਇਆ ਮੈਂ ਨਹੀਂ ਕਰਨੀ ਕੋਈ ਅੰਪਾਇਰੀ ਲੈ ਦੱਸ ਜਿਹੜੀ ਨਾ ਅਗਲੇ ਗੰਜਿਆਂ ਦੀ ਟੀਮ ਆ ਓ ਯਾਰ ਇਹ ਜਿਹੜੇ ਪਹਿਲੇ 4 ਬੈਟਸਮੈਨ ਨੇ ਨਾ ਇਹ ਸੱਚੀ ਮੁੱੱਚੀ ਖੇlde ਹੁੰਦੇ ਸੀ ਕ੍ਰਿਕਟ ਅੱਛਾ ਇੱਕ ਦਿਨ ਇਹਨਾਂ ਨੇ ਵੱਡਾ ਸ਼ਾਰਟ ਮਾਰਿਆ ਤੇ ਬਾਉਂਡਰੀ ਦੇ ਉੱਤੋਂ ਕੈਚ ਹੋ ਗਿਆ ਓਏ 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 ਬਾਉਂਡਰੀ ਤੋਂ ਕੈਚ ਹੋਇਆ ਉਹਨੇ ਨਾ ਜਿਹਦਾ ਕੰਨ ਨਹੀਂ ਦੋ ਓ ਸ਼ਿਟ ਯਾਰ ਹਾਂ ਉਹਨੇ ਸ਼ਿਟ ਕਰਕੇ ਆਪਣੇ ਸਿਰ 'ਚ ਬੱਲਾ ਮਾਰਿਆ ਪਾਗਲ ਹੋ ਗਿਆ ਓਏ 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 ਯਾਤੀ ਹੋਈ ਯਾਰ ਉਹ ਇਹ ਉਹ ਇਹ ਉਹ ਇਹ ਨਾ ਬੈਟਸਮੈਨ ਹੈ ਨਾ ਗੰਜਾ ਸਾਹਿਬ ਤੋਂ ਸਾਢੇ 4 ਫੁੱਟ ਕੱਦਾ ਉਹਦਾ ਹਾਂ ਕਾਲਾ ਸ਼ਾਤੂਤ ਅੱਛਾ ਉਹ ਨਾ ਵੀ ਉਹਦੇ ਕੋਲੋਂ ਵੱਜੇ ਨਾ ਤੂੰ ਕਹੀ ਜਾਣਾ ਛੱਕਾ ਹੋ ਗਿਆ ਮੈਨੂੰ ਸਮੈਨੇ ਕੀ ਨਾ ਵੱਜੇ ਮਤਲਬ ਕੀ ਮਦਸ਼ਾਟ ਗੇਂਦ ਉਹਦੇ ਕੋਲੋਂ ਵੀ ਲੰਘ ਗਈ ਨਾ ਪਿੱਛੇ ਵਿਕਟ ਕੀ ਪੇਰ ਕੋ ਹਾਂ ਤੂੰ ਕਹਣਾ ਤੂੰ ਬਾਵਾ ਦੋਵੇਂ ਖੜੀਆਂ ਕਰ ਦੇਣੀ ਹੈ ਕਿ ਛੱਕਾ ਬਿਲਕੁਲ ਇੱਕ ਹੀ ਗੱਲ ਹੈ ਮਤਲਬ ਜੇ ਉਹਨੇ ਵਾਈਟ ਕਰਾਇਆ ਬੋਲਰ ਇੱਕ ਮਸਾਲਾ ਪਹਿਲੀ ਗੱਲ ਤੇ ਇਹ ਕਿ ਮੈਂ ਆਪਣੇ ਤਾਂ ਨਹੀਂ ਲੈ ਰਹੇ ਵੈਸੇ ਗੱਲ ਕਰ ਰਹੇ ਆ ਕਿ ਜੇ ਵਾਈਟ ਤੋਂ ਇਨੀ ਗेंद 2 ਫੁੱਟ ਵੀ ਬਾਈਟ ਤੋਂ ਪਰੇ ਨੰਗ ਜਾਵੇ ਤੇ ਅੰਪਾਇਰ ਕੀ ਕਹੇਗਾ ਛੱਕਾ ਬਈ ਮਤਲਬ ਬੋਲਰ ਬਾਲ ਲੈ ਕੇ ਆ ਰਿਹਾ ਉਹ ਹੁੰਦਾ ਨਾ ਅੱਧ ਚੋਂ ਫੇਰ ਮੁੜ ਜਾਂਦੇ ਹੁੰਦੇ ਫੇਰ ਦੁਬਾਰਾ ਸਟਾਰਟ ਲੈ ਤੂੰ ਕਹਿਣਾ ਛੱਕਾ ਹੋ ਗਿਆ ਜੀ ਬੋਲਰ ਆਇਆ ਉਹਨੇ ਬਾਲ ਘਰੋਂ ਲਗਾਉ ਰਿਹਾ ਹੱਥੋਂ ਨਿਕਲ ਗਈ ਖਾਲੀ ਹੋ ਗਿਆ ਤੇ ਛੱਕਾ ਤੇਰਾ ਦਿਮਾਗ ਠੀਕ ਹੈ ਯਾਰ ਹੈ ਬੇਵਕੂਫਾ ਮੈਂ ਤੇ ਮੈਨੇ ਇਹਨਾਂ ਦਾ ਕੋਈ ਪਤਾ ਨਹੀਂ ਹੈਗਾ ਜੇ ਤੂੰ ਛੱਕਾ ਨਾ ਦਿੱਤਾ ਉਹ ਮੈਂ ਕਿਉਂ ਦੇਣਾ ਲੈਤਾ ਸੀ ਇਹ ਜਿਹੜਾ ਨਾ ਇਹ ਜਿਹੜੀ ਅਗਦੀ ਮੁਖਾਲਫ ਟੀਮਾਂ ਮੈਨੂੰ ਨਾ ਅੰਦਰ ਖਾਤੇ ਮੇਰੇ ਇੱਕ ਜਸੂਸ ਨੇ ਦੱਸਿਆ ਇਹਨਾਂ ਨੇ ਨਾ ਜਿਹੜੀਆਂ ਚਮਚੀਆਂ ਨੇ ਰੋਟੀ ਇਹਨਾਂ ਨੂੰ ਚੌਲ ਖਾਣ ਵਾਸਤੇ ਚਮਚੀਆਂ ਦਿੰਦੇ ਨੇ ਨਾ ਉਹ ਇਹਨਾਂ ਨੇ ਤੇਜ਼ ਕਰਕੇ ਡੱਬਾਂ ਨਾਲ ਲਾਈਆਂ ਹੋਣੀਆਂ ਚਮਚੀ ਖਾਣ ਵਾਲੀ ਹਾਂ ਖਾਣ ਵਾਲੀ ਚਮਚੀ ਉਹ ਪੱਥਰ ਤੇ ਰਗੜ ਰਗੜ ਕੇ ਤੇਜ਼ ਕਰ ਲੈਂਦੇ ਨੇ ਉਹ ਕਾਦੇ ਉਹ ਅੰਪਾਇਰ ਵਾਸਤੇ ਕਰਨੀਆਂ ਇਹਨਾਂ ਨੇ ਕਹਿੰਦੇ ਅੰਪਾਇਰ ਵਾਸਤੇ ਕਰਨਦੇ ਆ ਯਾਰ ਆਣਾ ਨੀ ਯਾਰ ਬੱਚੇ ਸਾਰੇ ਘਰੋਂ ਗਏ ਹੋਏ ਆ ਮੈਂ ਆਕੇ ਕੱਲਾ ਬੈਠਾ ਯਾਰ ਮੈਨੂੰ ਤੂੰ ਡਰਾਉਣੇ ਲਿਆ ਯਾਰ ਮੈਂ ਨਹੀਂ ਕਰੀ ਕੋਈ ਨਹੀਂ ਕਰ ਮੈਂ ਤੇਰੀ ਤੇਰੀ ਦਮਾ ਖਰਾਬਾ ਤੇਰਾ ਪਾਗਲ ਹੋਇਆ ਤੂੰ ਯਾਰ ਹਾਂ ਬਸ ਇਹ ਆਕੇ ਤਾਂ ਸੇ ਤੈਨੂੰ ਉੱਤੇ ਸਿੱਟਣਾ ਤੇ ਸਿਰ ਭਾਰ ਆਇਆ ਤੇ ਉਹਨਾਂ ਦੀ ਵਾਰੀ ਤੇ ਲੱਤਾਂ ਭਾਰ ਆਇਆ ਉਹਨਾਂ ਦੀ ਵਾਰੀ ਬੜੀ ਗੱਲ ਉਹ ਵੀ 50 ਫੁੱਟ ਉੱਤੇ ਸਿੱਟਣਾ ਫਿਰੇ ਮੂੰ ਮਰੇ ਮੈਂ ਉੱਥੇ ਵਕੀ ਭਾਰ ਆ ਜਾਵਾ ਤੇ ਉਹ ਕਹਿੰਦਾ ਟਾਸ ਦੁਬਾਰਾ ਹੋਏਗਾ ਲਾਤੀ ਆ ਦੇਣ ਵਾਲੀ ਤਾਜ਼ ਵੱਖੀ ਭਾਰਾਈ ਜਾਵੇ ਤੇ ਮੈਨੂੰ ਚੁੱਕ ਚੁੱਕ ਕੇ ਉੱਤੇ ਸੜੀ ਜਾਣ ਪਤਾ ਲੱਗੇ ਮਰਦਾ ਟਾਸ ਹੀ ਕਰੀ ਜਾਂਦਾ ਹੈ ਉਹ ਪਹਿਲੇ ਟਾਸ ਸੀ ਪਹਿਲੀ ਵਾਰੀ ਜਈ ਉਹ ਵਿਚਾਰਾ ਉਹਦੀ ਡੈਥ ਹੋ ਗਈ ਸੀ ਫਿਰੇ ਮੂੰ ਯਾਰ ਉਹ ਤੋਂ ਆ ਕੇ ਹਰ ਬਾਲ ਤੇ ਛੱਕਾ ਦੇਣਾ ਹਰ ਬਾਲ ਤੇ ਛੱਕਾ ਦੇਣਾ ਮੈਂ ਚੰਡਾ ਖਾਣੀਆਂ ਦੂਜੀ ਟੀਮ ਕੋ ਯਾਰ ਦਿਮਾਗ ਠੀਕ ਹੈ ਤੇ ਨਾ ਰੇ ਯਾਰ ਓਏ ਮੈਂ ਨੋ ਬਾਲ ਦੇ ਉੱਤੇ ਛੱਕਾ ਦੇ ਦੇਣਾ ਉਹ ਪਿਛੋਲੇ ਆ ਕੇ ਮੇ ਮੇਰਾ ਲੱਕ ਸੇਕ ਦੇ ਨ ਮਾਰ ਕੇ ਕੋ ਬੱਲਾ ਕਮਾਲ ਆ ਯਾਰ ਅਗੇ ਹਰ ਬਾਲ ਤੇ ਛੱਕਾ ਦੇਣਾ ਚੱਟੀਆਂ ਰੱਖਿਆ ਹੋਈਆਂ ਬਈ ਇਹ ਇਹ ਕ੍ਰਿਕਟ ਦਾ ਮੈਚ ਆ ਬਈ ਇਹ ਇਹ ਕੋਈ ਰਿਫਰੈਸ਼ਮੈਂਟ ਹੋਈ ਕਿਸੇ ਵਿਆਹ ਦੀ ਯਾਰ ਜਾਂਦੇ ਯਾਰ ਮੈਂ ਨਹੀਂ ਕਰੀ ਕੋਈ ਅੰਪਾਇਰੀ ਜਾਂ ਦਿਮਾਗ ਦਾ ਇਲਾਜ ਕਰਾ ਜਾ ਕੇ ਇਹ ਆ ਮੀਨੇ ਕੇ ਤੂੰ ਰੈਸਲਿੰਗ ਦੇਖੀ ਨਾ ਜਿਹਦੇ ਵਿੱਚ ਜਾਲ ਲਾ ਕੇ ਲੋਹੇ ਦਾ ਵਿੱਚ ਪਹਿਲਵਾਨਾਂ ਨੂੰ ਛੱਡ ਦਿੰਦੇ ਉਹ ਮੈਂ ਫਿਲਮਾਂ 'ਚ ਦੇਖਿਆ ਯਾਰ ਉਹ ਜੰਗਲਾ ਜਿਹਾ ਲਾ ਦਿੰਦੇ ਪਹਿਲਵਾਨ ਬਾਹਰ ਨਹੀਂ ਆ ਸਕਦਾ ਹਾਂ ਕਿੱਕ ਬੌਕਸਰ ਟਾਈਪ ਤਬੀਅਤ ਜਿਹੜੀ ਹਾਂ ਉਹ ਇਹ ਆ ਕਿ ਪਾਗਲਾਂ ਦਾ ਮੈਚ ਨਾ ਇਸ ਵਾਸਤੇ ਆਸੇ ਪਾਸੇ ਸਾਰੇ ਲੱਗਿਆ ਹੋਣਾ ਲੋਹੇ ਦਾ ਜੰਗਲਾ ਵੇ 11 ਬੰਦੇ ਉਧਰਲੇ 11 ਉਧਰਲੇ ਤੇ ਤੂੰ ਕੱਲਾ ਤੇ ਅੰਦਰ ਵੜ ਕੇ ਅਸੀਂ ਬਾਹਰੋਂ ਤਾਲਾ ਲਾ ਦੇਣਾ ਬੰਦਿਆਂ ਨੇ ਸਾਰਿਆਂ ਨੇ ਸਿਕਿਉਰਿਟੀ ਇਹਨੂੰ ਕਿਨੂੰ ਓਏ ਓਏ ਉਹ ਫਿਲਮ ਹੈ ਲੈ ਕੇ ਮੈਨੂੰ ਬਾੜ ਕੇ ਤਾਲਾ ਲਾ ਦੇਣਾ ਮम्मा ਹਿੱਰਦੇ ਮੈਂ ਬਾਥਰੂਮ ਜਾਣਾ ਤੇ ਮੈਂ ਉਹ ਅੰਦਰ ਕੁੜੀ ਨਹੀਂ ਲਾਉਂਦਾ ਵੀ ਮੈਨੂੰ ਮੇਰਾ ਐ ਲੱਗਦਾ ਸਾਹ ਘੁੱਟ ਗਿਆ ਲੈ ਮੈਨੂੰ ਸਟੇਡੀਅਮ ਚ ਭਾਗ ਲਾ ਦੇ ਬਾੜ ਕੇ ਜੰਗਲੇ ਦਾ ਤਾਲਾ ਲਾ ਦੇਣਾ ਐਡਾ ਮੈਂ ਸੋਨੇ ਦਾ ਮੀਨਾ ਰੰਗ ਸਾਦ ਮੀਨੇ ਜਿੱਲੇ ਆਊਟ ਹੋਣਾ ਨਾ ਕੋਈ ਵੀ ਇਹ ਜਿਹੜੇ ਗੰਝੇ ਨੇ ਨਾ ਇਹਨਾਂ ਨੇ ਪਿਛਲੀ ਵਾਰੀ ਵੀ ਇਦਾਂ ਕੀਤਾ ਸੀ ਪਲੇਅਰ ਤਾਂ ਹੁੰਦਾ ਨਾ ਕਿ ਬਾਵਾ ਚੁੱਕ ਚੁੱਕ ਕੇ ਇਦਾਂ ਚੁੱਕ ਚੁੱਕ ਕੇ ਬਾਵਾ ਮਤਲਬ ਕਿ ਦੇਖੋ ਆਊਟ ਕਰਦੇ ਦੇ ਇੱਕ ਦੋ ਤੇ ਹੱਥਾਂ ਨਾਲ ਹੱਥ ਮਾਰਦੇ ਆ ਆਹੋ ਉਹ ਜਿੱਜੇ ਕਰਦੇ ਯਾਰ ਕੁਛੇ ਚ ਕਰਦੇ ਆ ਨਾ ਹਾਂ ਹਾਂ ਇਹ ਕੀ ਕਰਦੇ ਆ ਇਹ ਜਲੇਰਾਂ ਨਾਲ ਕਿਥੋਂ ਆਊਟ ਕਰਨਾ ਨਾ ਫਿਰ ਅੰਪਾਇਰ ਨੂੰ ਫੜ ਫੜ ਕੇ ਨਾ ਘਮਾ ਘਮਾ ਕੇ ਸਿੱਟਦੇ ਆ ਇਹ ਤੇਰਾ ਮੂੰਹ ਤੇ ਚਵਲ ਸਾਰੇ ਜਦਾ ਹਾਲੀਵੁੱਡ ਦੀ ਫਿਲਮ ਹੈ ਖੋਦਾ ਯਾਰ ਰਾਣੇ ਮੈਂ ਤੇ ਇਹ ਹਵਾ ਚਲਦੀ ਮੈਂ ਬਾਹਰ ਨਹੀਂ ਜਾਂਦਾ ਪਰ ਮਤੇ ਮੈਂ ਬਾਹਰ ਨਿਕਲਿਆ ਤੇ ਪਤਾ ਨਹੀਂ ਮੈਂ ਕਿਹਨੇ ਦੇ ਕੋਠੇ ਤੋਂ ਲੱਪਣਾ ਤੇ ਤੂੰ ਪਾਗਲੇ ਹੱਥ ਮੈਨੂੰ ਦੇਖ ਕੇ ਮਤੇ ਮੈਨੂੰ ਇਧਰ ਉਧਰ ਮਾਰਨ ਲੱਗੇ ਜਿੱਲੇ ਮੈਚ ਜਿੱਤੇ ਜਿਹੜੀ ਵੀ ਟੀਮ ਤੇਰਾ ਕੰਮ ਆਵਾਜ਼ਾਂ ਦੇਣੀਆਂ ਸ਼ੁਰੂ ਕਰ ਦੇਣੀਆਂ ਯਾਰ ਤਾਲਾ ਖੋਲ ਦੇ ਮੈਂ ਬਾਹਰ ਆਣਾ ਤਾਲਾ ਖੋਲ ਦੋ ਮੈਂ ਬਾਹਰ ਹੋਣਾ ਗੱਲ ਉਹਨੇ ਮੈਚ ਵੀ ਸ਼ੁਰੂ ਕਰਾਣਾ ਲਾ ਹੋ ਗਿਆ ਅੰਪਾਇਰ ਮੰਨ ਨਹੀਂ ਦਿਆ ਚਪਲਾ ਮਾਰੀਏ ਦਾ ਹੱਥ ਹੱਟ ਜੁੜਾ ਗੋਲ ਇਹ ਅੱਗੇ 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 ਗੱਲ ਤੁਰ ਹੀ ਜਾਂਦੀ ਹੈ ਜਿਲੇ ਵਕਫਾ ਉਹ ਨਾ ਮੀਨੇ ਵਕਫਾ ਯਾਰ ਤੂੰ ਨਾ ਤੂੰ ਐਂਟੇ ਕਰ ਰਿਹਾ ਵਕਫਾ ਨਾ ਕਰ ਤੇਰੀ ਮਿਹਰਬਾਨੀ ਐਂਡ ਮੀਨੇ ਉੱਥੇ ਹੋ ਜਾਣਾ ਵਕਵਾ ਵਕਵਾ ਕੀ ਇਸ ਮੈਚ ਤੇ ਵਕਵਾ ਹੁੰਦਾ ਮੇਰਾ ਪਾਗਲਾ ਦੇ ਮੈਚ ਚੰਗਾ ਸਮਾਂ ਵਕਵਾ ਹੋਏਗਾ ਇਹਨਾਂ ਨੂੰ ਪਾਣੀ ਪਿਐਓ ਕਿਤੇ ਸਾਹ ਆਵੇ ਇਹਨਾਂ ਨੂੰ ਯਾਰ ਇਹ ਪਾਣੀ ਨਹੀਂ ਪੀਂਦੇ ਹਾਂ ਨਹੀਂ 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 ਇਹ ਪਾਣੀ ਪੂਣੀ ਪੀਂਦੇ ਨਹੀਂ ਇਹ ਕਰਦੇ ਆ ਇੱਕ ਦੋ ਨੂੰ ਦੰਦੀਆਂ ਵੜਦੇ ਆ ਬੱਲੇ ਬੱਲੇ ਦੰਦੀਆਂ ਵੱਢ ਕੇ ਨਾ ਤੇਰੇ ਸੱਤਕੇ ਹਾਏ ਈਵਲ ਡੈਡ ਤਬੀਅਤ ਨੇ ਨਾ ਸਾਰੇ ਪਾਗਲ ਈਵਲ ਡੈਡ ਯਾਨੀ ਕਿ ਖਾੜੇ ਚ ਇਹ ਇਹ گوشਤ ਖਾਂਦੇ ਨੇ ਇਨਸਾਨੀ ਤੇ ਉਤੋਂ ਮੇਰਾ ਖਿਆਲ ਉਹ ਬੁਰਕੀ ਫਸ ਜਾਵੇ ਤੇ ਉਤੋਂ ਖੂਨ ਪੀਂਦੇ ਹੋਣੇ ਹਾਂ ਇਹ ਪਾਗਲ ਨੇ ਸਾਰੇ ਤਮਾਸ਼ਾ ਜਿੱਲੇ ਓਏ ਓਏ ਸਾਰੇ ਜਾਣਦੇ ਆ ਚਵਲਾ ਉਹ ਫਿਲਮ ਹੈ ਓਏ ਉਹ ਡਾਂਕੀ ਆਖੋ ਤੇ ਯਾਰ ਰਾਣੇ ਮੈਂ ਮੇਰੀ ਗੱਲ ਸੁਣ ਮੇਰਾ ਮੈਨੂੰ ਵੀ ਤੂੰ ਚਾਹਣਾ ਵੀ ਮੈਂ ਵੀ ਐਡ ਹੋ ਜਾ ਮੈਂ ਇੱਥੇ ਪਾਗਲ ਹੋ ਜਾ ਯਾਰ ਮੀਨੇ ਮੇਰੀ ਰਿਹਾਈ ਦਾ ਮਾਮਲਾ ਤੂੰ ਸਾਡੀ ਟੀਮ ਨੂੰ ਜਿਤਾਉਣਾ ਹੈ ਮੈਂ ਮਤਲਬ ਤੁਸੀਂ ਅਸੀਂ ਕਿਉਂਕਿ ਮੈਂ ਕੀ ਕੀ ਕਰ ਸਕਦਾ ਯਾਰ ਮੈਂ ਮਨਸਫੀ ਕਰਨੀ ਆ ਭਾਈ ਫਿਰ ਅਸੀਂ ਬਣਾਉਣਾ ਹੈ ਸਾਡੀ ਮਾੜੀ ਟੀਮ ਹੈ ਉਹ ਬੰਦੇ ਤਕੜੇ ਨੇ ਸਾਡੇ ਕੋਲ ਬਹੁਤ ਬਹੁਤ 45 50 ਸਕੋਰ ਬਣਨਾ ਹੈ ਤੇ ਫੇਟੇ ਮੈਂ ਵੈਸੇ ਯਾਰ ਮੰਨ ਲਓ ਯਾਰ ਨਾ ਨਾ ਯਾਰ ਰਿਹਾਈ ਦਾ ਮਾਮਲਾ ਤਾਂ ਜਦੋਂ ਖੇਲ ਮੁਕਣਾ ਹੈ ਨਾ ਤੂੰ ਤੂੰ ਨਾਲ ਹੀ ਕਹਿਣਾ ਜੀ ਇਸ ਰਾਣੇ ਜਾਸ ਦੀ ਟੀਮ ਨੇ 550 ਬਣਾਇਆ ਜੀ ਕਿੰਨਾ 550 49 ਸਕੋਰਾਂ ਦੇ ਹੱਦ ਤਰ ਫਿੱਟੇ ਮੂੰ ਤੁਹਾਡੇ ਤੇ 11 ਬੰਦੇ ਦੇ 45 ਸਕੋਰ ਕਰਨਾ ਹੈ ਤੁਸੀਂ ਤੇ ਮੈਂ ਕਿੰਨੇ ਸਕੋਰਾਂ ਦਾ ਦਵਾ ਤੁਹਾਨੂੰ 550 ਯਾਰ ਮੇਰੀ ਇੱਕ ਗੱਲ ਸੁਣ ਅ ਜਦੋਂ ਤੁਸੀਂ 45 ਤੇ ਆਊਟ ਹੋ ਜਾਣਾ ਸਾਰਿਆਂ ਨੇ ਤੇ ਜਦੋਂ ਮੈਂ ਯੱਕ ਦਾ ਕਹਿਣਾ ਲਿਆ ਵੀ ਧਾਰੇ ਦੀ ਟੀਮ ਭਾਈ 550 ਸਕੋਰਾਂ ਦਾ ਜਿੱਤ ਗਈ ਆ ਉਹ ਕੱਦ ਜਿਹੜੀ ਆ ਅੱਜ ਤੱਕ ਅਸਟਰੀਆ ਵਿੱਚ ਡਿੱਗ ਨਹੀਂ ਨਾ ਹੋਣੀ ਦੂਜੀ ਟੀਮ ਨੇ ਮੈਨੂੰ ਉਹਦੇ ਥੱਲੇ ਦੇ ਦੇਣਾ ਹੀ ਉਹਨਾਂ ਕੱਦ ਕੋਈ ਝੂਠਾ ਉਹ ਬੋਲ ਜਣਾ ਮੰਨੇ ਜਾਵੇ ਉਹ ਸਾਲਿਆ ਐਨੇ ਬਹੁਤੇ ਸਕੋਰਾਂ ਦਾ ਬੰਦਾ ਕਿਸੇ ਨੂੰ ਕੰਨ ਚ ਨਹੀਂ ਕਹਿ ਸਕਦਾ ਵੀ ਐਨੇ ਸਕੋਰਾਂ ਨੂੰ ਜਿੱਤਿਆ ਉਹਨੇ ਚੰਡਾ ਮਾਰ ਦੇਣੀ ਹੈ ਮੇਰੇ ਜਦ ਤੂੰ ਓਪਨ ਮੈਚ ਚ ਕਹਿਨਿਆ ਵੀ ਮੈਂ 45 ਸਕੋਰਾਂ ਵਾਲੀ ਟੀਮ ਨੂੰ 550 ਤੋਂ ਜਿਦਾਦਾ ਬੱਲੇ ਇਹ ਜਿਹੜਾ ਨਾ ਕਹਿੰਦਾ ਛੱਕਾ ਹੋ ਗਿਆ ਛੱਕਾ ਹੋ ਗਿਆ ਹਾਂ ਸਾਡੀ ਟੀਮ ਨੇ ਜੇ ਅਗਰ ਬੋਲਿੰਗ ਕਰਾਉਣੀ ਹੋਈ ਨਾ ਹਾਂ ਤੂੰ ਹਰ ਗੇਂ ਤੇ ਕਹੀ ਜਣੀ ਆਊਟ ਹੋ ਗਿਆ ਕੱਡੋ ਬੰਦਾ ਬਾਹਰ ਨੇ ਮਤਲਬ ਉਹ ਬੰਦਾ ਆਊਟ ਵੀ ਨਹੀਂ ਐ ਤੇ ਮੈਂ ਆਊਟ ਦੇ ਦਿਆਂ। ਹਾਂ ਦੇ ਦੇ। ਸਾਨੂੰ ਜਿਤਾਉਣਾ ਨਾ ਤੂੰ। ਅੱਛਾ ਮੇਰੀ ਗੱਲ ਸੁਣ ਬੱਲਾ ਹੁੰਦਾ ਕਮਸ ਕਮ ਕੋਈ 3.5 ਤੇ 4 ਕਿਲੋ ਦਾ। ਉਹ ਜਿੰਨੀ ਕੁ ਦੂਰ ਐਂਪਾਇਰ ਖਲੋਤਾ ਹੁੰਦਾ ਨਾ ਬੇਟਾ ਉਹ ਓਨੀ ਕੁ ਦੂਰ ਤੱਕ ਤਾਂ ਖੁੰਨਾ ਖੋਲ ਦਿੰਦੇ ਐ। ਉਹ ਤਾਂ ਗਾਹ ਦਾ ਮੈਨੂੰ ਪਤਾ ਕੋਈ ਨਹੀਂ ਮੈਂ ਦੌੜਾ ਮੇਰੇ ਲੱਕ ਜੇ ਮਾਰਾ ਮੇਰੀ ਗਰੀ ਰੀਡ ਦੀ ਹੱਡੀ ਤੋੜ ਦੇਣ। ਯਾਰ ਅਨੇ ਆ ਤੇ ਓਏ ਮਿੰਨੇ ਇਹਨਾਂ ਨੂੰ ਨਾ ਗੇਂਦ ਗੇਂਦਾਂ ਨਾਲ ਛਾਪਰ ਫੜਾਉਣਾ ਤੈਨੂੰ ਆ ਸੀ ਤੇ ਗੇਂਦ ਇੱਕ-ਇੱਕ ਹੀ ਫੜਾਉਣੀ ਆ ਕਿਉਂਕਿ ਇਹ ਗੇਂਦਾਂ ਖਾ ਵੀ ਜਾਂਦੇ ਆ ਯਾਰ ਪਹਿਲੇ ਮੈਂ ਤੋ ਇਹ ਦੱਸਣਾ ਵੀ ਤੇਰਾ ਮੈਚ ਆ ਹਾਂ ਮੈਨੂੰ ਨਹੀਂ ਲੱਗਦਾ ਮੈਚ ਮਤੇ ਇੱਕ-ਇੱਕ ਕਰਕੇ ਗੇਂਦ ਛਾਪਰ ਚੋਂ ਕੱਢ ਕੇ ਫੜਾਉਣੀ ਆ ਇਹ ਮੈਚ ਆ ਕਿ ਮੈਂ ਦਰਬਾਰ ਤੇ ਚੌਲ ਵੰਡਣ ਆਂ ਸਾਲਿਆ ਇੱਕ-ਇੱਕ ਕਰਕੇ ਗੇਂਦ ਫੜਾਉਣੀ ਆ ਬੰਦ ਕਰ ਬਕਵਾਸ ਨਹੀਂ ਇਹ ਖਾ ਜਾਂਦੇ ਆ ਨਾ ਤਾਂ ਤੈਨੂੰ ਤਿੰਨ-ਚਾਰ ਛਾਪਰ ਫੜਾਉੜੇ ਗੇਂਦਾਂ ਦੇ ਖਾ ਜਾਂਦੇ ਆ ਯਾਰ ਕਦੀ ਕਿਸੇ ਅੰਪਾਇਰ ਨੂੰ ਵੇਖਿਆ ਭਈ ਗਰਾਊਂਡ 'ਚ ਜਾ ਕੇ ਪਲੇਅਰਾਂ ਨੂੰ ਕਹਿੰਦਾ ਫਿਰ ਐ ਲੋ ਭਾਈਨਾ ਤੁਹਾਡੀ ਗੇਂਦ ਆ ਤੁਹਾਡੀ ਗੇਂਦ ਆ ਤੇਰੀ ਬਾਜੀ ਦੀ ਆ ਤੇਰੇ ਭਰਾ ਦੀ ਆ ਤੇਰੀ ਆਂਟੀ ਦੀ ਆ ਤੇਰੀ ਮੰਮੀ ਦੀ ਓਏ ਮੈਨੂੰ ਕੀ ਬਣਾਉਂਨੇ ਆ ਤੂੰ ਓਏ ਕਹਿੰਦਾ ਖਾ ਜਾਂਦੇ ਆ ਯਾਰ ਰਣੇ ਮੇਰਾ ਸਿਰ ਹੈਗਾ ਛੋਟਾ ਜਾ ਮੈਂ ਗੇਂਦਾਂ ਫੜਾਉਂਦੇ ਇਹਨਾਂ ਨੂੰ ਮੇਰਾ ਸਿਰ ਵੀ ਛੋਟਾ ਜਾ ਜਿਹੜਾ ਨਾ ਉਹ ਗੇਂਦ ਹੀ ਲਗਣਾ ਤੇ ਇੱਕ ਅੱਦੇ ਤੇਰੇ ਕਿਸੇ ਪਾਗ ਲੈਣਾ ਮੇਰਾ ਸਿਰ ਮੂੰਹ 'ਚ ਪਾ ਲੈਣਾ ਸਾਲਿਆ ਪਤਾ ਲੱਗਿਆ ਇੱਕ ਟੀਮ ਨੇ ਗੇਂਦਾਂ ਦਾ ਬਾਲ ਕਰਾਇਆ ਇੱਕ ਟੀਮ ਨੇ ਮੀਨੇ ਦਾ ਸਿਰ ਨਾ ਮੀਨੇ ਮੈਨੂੰ ਨਾ ਯਾਰ ਦੋਸਤ ਉਹ ਤੇ ਤੂੰ ਨਹੀਂ ਸਮਝਣਾ ਜਦੋਂ ਮੈਨੂੰ ਦੌਰਾ ਪੈਂਦਾ ਨਾ ਅਗਰ ਮੈਂ ਤੈਨੂੰ ਕਿਤੇ ਗੱਲ ਕਵਾਂ ਨਾ ਕਿ ਯਾਰ ਮੀਨੇ ਮੈਂ ਤੇਰਾ ਨਾ ਕੰਨ ਚ ਗੱਲ ਕਰਨੀ ਹੈ ਤੇ ਮੇਰੀ ਕੰਨ ਚ ਗੱਲ ਨਹੀਂ ਸੁਣਨੀ ਯਾਰ ਮੈਨੂੰ ਦੌਰੇ ਚ ਨਾ ਪਤਾ ਨਹੀਂ ਲੱਗਦਾ ਮੈਂ ਕੰਨ ਖਾ ਜੰਨਾ ਹੁੰਦਾ ਬੰਦੇ ਦਾ ਨਹੀਂ ਨਹੀਂ ਇਸ ਗੱਲੋਂ ਭਾਈ ਤੂੰ ਸੱਚਾ ਤੂੰ ਬਿਲਕੁਲ ਕੰਨ ਖਾ ਜੰਨਾ ਐ ਪਿਛਲੇ 6 ਕਿ ਮਹੀਨੇ ਤੇ ਜਿਹੜੇ ਤੂੰ ਮੇਰੇ ਕੰਨ ਖਾਦੇ ਆ ਹਾਂ ਅਗੋ ਕਹਿੰਦਾ ਖਾ ਲੱਖ ਲਾਣਾ ਤਾ ਆ ਕੰਨ ਨਹੀਂ ਖਾਣਾ ਤੂੰ ਮੇਰੇ ਹੋਰ ਕਿੰਨੇ ਕੰਨ ਖਾ ਜਾਏਗਾ ਕੰਨ ਖਾ ਜੰਨੇ ਆ ਵਾਹਦ ਅੰਪਾਇਰ ਮੈਂ ਹੋਣਾ ਜਿਹਨੂੰ ਹੈਲਮਟ ਪਾ ਕੇ ਉ ਪਈ ਪਲੇਅਰ ਮੇਰੇ ਕੰਨ ਨਾ ਖਾ ਜਾਣ ਆ ਜਾ ਯਾਰ ਮੀਨੇ ਸਵੇਰੇ ਫਿਰ ਯਾਰ ਰਿਹਾਈ ਕਿੱਥੇ ਪਾਗਲਖਾਨੇ ਯਾਰ ਪਾਗਲਖਾਨੇ ਕਹਿੰਦੇ ਜਿਵੇਂ ਸਾਰੇ ਲੋਕ ਦਾਵਤ ਆਉਂਦੀ ਮੇਰੀ ਨਹੀਂ ਆ ਜਾ ਯਾਰ ਆ ਜਾ ਸਾਨੂੰ ਜਿਤਾਉਣਾ ਈ ਬਸ ਛੱਕੇ ਹੀ ਦੇਈ ਜਾਈ ਤੂੰ ਓਏ ਹਾਂ ਤੂੰ ਇਦਾਂ ਕਰ ਮੈਂ ਬਾਵਾ ਖੜੀਆਂ ਕਰਦਾ ਛੱਕੇ ਲੈ ਅੰਦਾਜ਼ ਤੂੰ ਮੇਰੀਆ ਬਾਵਾ ਵਾੜੇ ਕੇ ਲੈ ਜਾ ਉੱਥੇ ਜਾ ਕੇ ਨਾ ਬਾਸਾ ਤੇ ਖੜੀਆਂ ਕਰਦੀ ਉਹਨ ਕੀ ਹਰ ਬਾਲ ਤੇ ਛੱਕਾ ਹੀ ਦੇ ਰਿਆ ਫਿਟੇ ਮੂੰਹ ਨਹੀਂ ਨਹੀਂ ਤੈਨੂੰ ਮੌਕੇ ਤੇ ਹੁਣਾ ਜ਼ਰੂਰੀ ਹੈ ਮਿਹਨਤ ਤੇਰਾ ਆ ਹਾਂ ਸਹੀ ਗੱਲ ਆ ਕਿਉਂਕਿ ਮੌਕੇ ਤੇ ਪੁਲਿਸ ਜੀ ਦਾ ਹੁੰਦੀ ਆ ਤੇ ਮੌਕੇ ਤੇ ਆ ਕੇ ਕਹਿੰਦੀ ਹੁੰਦੀ ਵੀ ਮੌਕੇ ਤੇ ਜਿਹੜੀ ਲਾਸ਼ ਆ ਉਹ ਕਿੱਥੇ ਆ ਉਹ ਬਾਅਦ ਜਦ ਹੁੰਦੇ ਵੀ ਐ ਉਹ ਮੌਕਾ ਮਹੱਲਕੂਬ ਮੌਕਾ ਹੈ ਜਿੱਥੇ ਲਾਸ਼ ਪਈ ਹੋਈ ਆ ਟੁਕੜੇ ਟੁਕੜੇ ਉਹ ਤੇਰੇ ਪਾਗਲਾੜੇ ਕਰ ਦੇਣੇ ਆ ਓਏ ਪਾਗਲਾ ਜੇ ਮੈਂ ਆ ਗਿਆ ਨਾ ਮੌਕੇ ਤੇ ਤੇ ਮੈਂ ਮੌਕੇ ਤੇ ਹੀ ਨਾ ਤੇਰਾ ਕੰਮ ਤਮਾਮ ਕਰ ਦੇਣਾ ਤੇਰੀ ਮਿਹਰਬਾਨੀ ਆ ਮੈਨੂੰ ਇਹੋ ਜਿਹਾ ਮੌਕਾ ਨਾ ਦੇ ਕਿ ਮੈਂ ਕਿਤੇ ਨਾ ਤੇਰੇ ਮੋਕੇ ਘੜ ਦਿਆ ਦਲੀਆਂ ਵੱਡ ਵੱਡ ਕੇ ਓਏ ਸਦਈਆ ਅੱਜ ਤਾਂ ਬਾਜ ਤੇਰੀ ਕਾਲਾ ਹੀ ਨਾ ਤੇ ਇਸ ਵਿੱਚ ਫੂਨ ਦੀ ਮੈਂ ਦਵਾਇਆ